ਦੇਖੋ ਹੈਰਾਨੀ ਤਾਂ ਹੋਈ ਆ, ਦੁੱਖ ਤਾਂ ਨਹੀਂ ਹੋਇਆ, ਕੋਈ ਹੈਰਾਨੀ ਜ਼ਰੂਰ ਹੋਈ ਆ ਵੀ ਜੋ ਇਸ਼ੂ ਸੀ ਪੰਜਾਬ ਦੇ ਜਾਂ ਲੁਧਿਆਣੇ ਦੇ ਜਾਂ ਲੋਕਾਂ ਦੀ ਲੋੜ ਸੀ, ਅਸੀਂ ਉਹ ਸਾਰੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਔਰ ਲੋਕਾਂ ਨੇ ਉਹਨੂੰ ਕਬੂਲਿਆ ਵੀ ਠੀਕ ਆ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਠੀਕ ਆ, ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਤਾਪ ਭੋਗ ਰਹੇ ਹਾਂ, ਸਾਡੇ MP ਮੈਂਬਰ ਪਾਰਲੀਮੈਂਟ ਨੇ ਅੱਜ ਤੱਕ ਸਾਨੂੰ ਕੋਈ ਵਾਪਸੀ ਕੋਈ ਉਹਦੇ ਵਿੱਚ ਰਿਵਾਲਟ ਸਾਨੂੰ ਕੁਛ ਨਹੀਂ ਮਿਲਿਆ, ਵੋਟਾਂ ਪਾਉਂਦੀਆਂ ਮੁੜ ਕੇ ਮੈਂਬਰ ਹੀ ਨਹੀਂ ਮਿਲਿਆ, ਕੰਮ ਤੱਕ ਹੀ ਮਿਲਣਾ, ਸੋ ਬੜਾ ਆਸ ਅਤੇ ਉਮੀਦ ਸੀ ਵੀ ਜਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੋਂਸ ਆ, ਜਿਸ ਤਰ੍ਹਾਂ ਦੇ ਇਕੱਠ ਹੋ ਰਹੇ ਨੇ, ਜਿਸ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਨੇ ਵੀ ਆਪਾਂ ਡੈਫੀਨੇਟ ਇਹਨੂੰ ਜਿੱਤਾਂਗੇ, ਪਰ ਜਦੋਂ ਰਿਜ਼ਲਟ ਸ਼ੁਰੂ ਹੋਇਆ, ਰਿਜ਼ਲਟ ਆਉਣਾ ਸ਼ੁਰੂ ਹੋਇਆ ਤਾਂ ਦੇਖਿਆ ਤਾਂ ਬੜੀ ਹੈਰਾਨੀ ਹੋਈ ਵੀ ਇਹ ਕੀ ਹੋ ਰਿਹਾ। ਸੋ ਦੇਖੋ ਹੈ ਤਾਂ ਫੈਸਲਾ ਲੋਕਾਂ ਦਾ, ਆਪਾਂ ਇਹਦੇ 'ਤੇ ਕੁਛ ਕਰ ਨਹੀਂ ਸਕਦੇ, ਆਪਣੀ ਮਰਜ਼ੀ ਤਾਂ ਹੈ ਨਹੀਂ, ਆਪਾਂ ਤਾਂ ਆਪਣੀ ਗੱਲ ਕਹਿ ਸਕਦੇ ਹਾਂ, ਗੱਲ ਕਹੀ ਇਮਾਨਦਾਰੀ ਨਾਲ, ਕਈ ਲੋਕਾਂ ਨੇ ਸੁਣੀ, ਹੁਣ ਕਿਸੇ ਦਾ ਹੱਥ ਫੜ ਕੇ ਤਾਂ ਆਪਾਂ ਬਟਨ ਨਹੀਂ ਦੱਬ ਸਕਦੇ, ਉਹਨਾਂ ਨੇ ਦੱਬਣਾ ਉਹਨਾਂ ਦੀ ਮਰਜ਼ੀ, ਪਰ ਮੈਂ ਜੋ ਮਹਿਸੂਸ ਕਰਦਾ ਵੀ ਇਹ ਜਿਹੜੀ ਇਲੈਕਸ਼ਨ ਹਾਰੀ ਆ, ਇੱਕ ਇਮਾਨਦਾਰੀ, ਇੱਕ ਇਨਸਾਨੀਅਤ, ਇੱਕ ਲੋਕਤੰਤਰ ਹਾਰਿਆ, ਲੋਕ ਸੱਥਾਂ ਵਿੱਚ ਬਹਿ ਕੇ ਗੱਲਾਂ ਕਰਦੇ ਨੇ, ਲੋਕ ਵਿਆਹ ਸ਼ਾਦੀਆਂ ਦੇ ਜਦੋਂ ਇਕੱਠ ਹੁੰਦੇ ਉੱਥੇ ਗੱਲਾਂ ਕਰਦੇ ਨੇ, ਜੇ ਐਂ ਹੋ ਗਿਆ, ਰਾਜਨੀਤਿਕ ਲੋਕ ਬਾਹਰੋਂ ਆਉਂਦੇ ਨੇ, ਜਿੱਤ ਜਾਂਦੇ ਨੇ, ਚਲੇ ਜਾਂਦੇ ਨੇ, ਕੰਮ ਨਹੀਂ ਕਰਦੇ, ਮਿਲਦੇ ਨਹੀਂ, ਦੁੱਖ ਸੁੱਖ 'ਚ ਨਹੀਂ ਆਉਂਦੇ, ਇਹ ਸਾਰੀਆਂ ਗੱਲਾਂ ਕਰਦੇ ਨੇ, ਔਰ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਆਉਂਦੇ ਨੇ, ਕਰਪਟ ਹੋ ਗਏ ਜੀ, ਲੁੱਟ ਕੇ ਖਾ ਗਏ ਜੀ, ਹਾਂਜੀ ਸਾਰਾ ਕੁਛ ਕਰਦੇ ਆ, ਔਰ ਹੁਣ ਜੇ ਸਾਰਾ ਕੁਝ ਜਾਣਦੇ ਬੁਝਦੇ ਹੋਏ ਇਹ ਦੇਖਦੇ ਹੋਏ ਵੀ ਇੱਕ 27-28 ਸਾਲ ਦੇ ਸਾਹ ਬਖਸ਼ ਨੂੰ ਵੀ ਦੇਖਦੇ ਹੋਏ, ਮੰਨਦੇ ਵੀ ਇਸ ਗੱਲ ਨੂੰ, ਸਟੇਜਾਂ 'ਤੇ ਵੀ ਮੰਨੇ, ਫਿਰ ਉਹਦੇ ਬਾਵਜੂਦ ਵੀ ਇੱਦਾਂ ਦਾ ਫੈਸਲਾ ਕਰਨਗੇ, ਕਿ ਹੈਰਾਨੀ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਵੀ ਇਹ ਕੀ ਗੱਲ ਆ, ਵੀ ਆਪਾਂ ਸਿਰਫ ਅੱਗੇ ਪਿੱਛੇ ਗੱਲਾਂ ਇੱਦਾਂ ਦੀਆਂ ਕਰਦੇ ਹਾਂ, ਜਦੋਂ ਮੌਕਾ ਹੁੰਦਾ ਚੁਣਨ ਦਾ ਉਦੋਂ ਆਪਾਂ ਫਿਰ ਉਹਨਾਂ ਲੋਕਾਂ ਨੂੰ ਚੁਣ ਲੈਂਦੇ ਹਾਂ, ਬਾਹੂਬਲੀਆਂ ਨੂੰ, ਪੈਸੇ ਵਾਲਿਆਂ ਨੂੰ, ਬਾਹਰੀਆਂ ਨੂੰ, ਹੈ ਨਾ, ਉਸ ਵੇਲੇ ਤਾਂ ਅਸੀਂ ਸੋਚਦੇ ਨਹੀਂ ਗੇ, ਸੋ ਇਸ ਕਰਕੇ ਹੈਰਾਨੀ ਆ, ਹੋਰ ਤਾਂ ਕੋਈ ਗੱਲ ਨਹੀਂ, ਸਾਡਾ ਤਾਂ ਕੁਛ ਨਹੀਂ ਗਿਆ, ਮੇਰਾ ਤਾਂ ਕੁਛ ਨਹੀਂ ਗਿਆ, ਜੇ ਗਿਆ ਤਾਂ ਲੋਕਾਂ ਦਾ ਮੈਂਬਰ ਪਾਰਲੀਮੈਂਟ ਗਿਆ, ਕਿਸੇ ਨੇ ਮਿਲਣਾ ਨਹੀਂ, ਲੋਕਾਂ ਦੇ ਕੰਮ ਗਏ ਨੇ, ਨੁਕਸਾਨ ਤਾਂ ਲੁਧਿਆਣੇ ਦਾ ਹੋਣਾ, ਤਾਂ ਮੇਰਾ ਤਾਂ ਕੁਛ ਨਹੀਂ ਹੋਣਾ, ਹੁਣ 3 ਮੈਂਬਰ ਪਾਰਲੀਮੈਂਟ ਨੇ ਦੇਖੋ ਚੁਣੇ ਗਏ, ਇੱਕ ਮੈਂਬਰ ਪਾਰਲੀਮੈਂਟ ਚੁਣਿਆ ਗਿਆ, ਇੱਕ ਦੀ ਸਰਕਾਰ ਪੰਜਾਬ 'ਚ ਆ, ਇੱਕ ਦੀ ਸਰਕਾਰ ਦਿੱਲੀ 'ਚ ਬਣ ਰਹੀ ਆ, ਤਿੰਨਾਂ ਦਾ ਇਹ ਨਹੀਂ ਹੁਣ ਭੱਜ ਨਹੀਂ ਸਕਦੇ ਆਪਦੇ, ਵੀ ਪੱਲਾ ਝਾੜ ਕੇ ਭੱਜ ਜਾਣਗੇ, ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ ਲੋਕਾਂ ਦੇ ਨਾਲ, ਜਿਹੜਾ ਕੋਈ ਕਹਿੰਦੇ ਮੈਂ ਪੱਪੀ ਜੀ ਕਹਿੰਦੇ ਸੀ ਮੈਂ PGI ਲੈ ਕੇ ਆਊਂਗਾ, PGI ਨਹੀਂ ਲਿਆ ਸਕਦਾ, ਘੱਟੋ ਘੱਟ ਸਿਵਲ ਹਸਪਤਾਲ ਦਾ ਸੁਧਾਰ ਕਰ ਦੇਵੇ ਸਰਕਾਰ ਉਹਨਾਂ ਦੀ, ਹੁਣ ਇਸ ਗੱਲ ਤੋਂ ਤਾਂ ਨਹੀਂ ਭੱਜ ਸਕਦਾ ਵੀ ਉਹਨੂੰ ਪਤਾ ਤਾਂ ਲੱਗ ਗਿਆ ਨਾ ਲੁਧਿਆਣੇ 'ਚ ਘੁੰਮ ਕੇ ਵੀ ਕੀ ਪ੍ਰੋਬਲਮਸ ਨੇ ਲੁਧਿਆਣੇ ਦੀਆਂ, ਜੇ ਅੱਜ ਵੀ ਲੁਧਿਆਣੇ ਦੀਆਂ ਪ੍ਰੋਬਲਮਸ ਨਾ ਇਹ ਸੋਲਵ ਕਰੇ ਪੱਪੀ ਜਾਂ ਆਮ ਆਦਮੀ ਪਾਰਟੀ ਸਰਕਾਰ, ਫਿਰ ਲੋਕਾਂ ਦੀਆਂ ਸਮੱਸਿਆਵਾਂ ਜਾਣਦੇ ਬੁਝਦੇ ਹੋਏ, ਫਿਰ ਤਾਂ ਇਹਨਾਂ ਦੀ ਨਲਾਇਕੀ ਹੈ ਨਾ, ਬਿੱਟੂ ਜੀ 3 ਵਾਰ ਤੋਂ ਰਹੇ ਨੇ, 2 ਵਾਰ ਰਹਿ ਗਏ, ਤੀਜੀ ਵਾਰੀ ਲੜੇ ਨੇ, ਉਹ ਵੀ ਚੱਪੇ ਚੱਪੇ ਬਾਰੇ ਜਾਣਦੇ ਆ ਸਮੱਸਿਆਵਾਂ ਦੇ ਵੀ ਕੀ ਲੋੜਾਂ ਨੇ ਕੀ, ਅੱਜ ਉਹਨਾਂ ਦੀ ਸਰਕਾਰ ਕੇਂਦਰ 'ਚ ਦੁਬਾਰਾ ਬਣ ਜਾ ਰਹੀ ਹੈ, ਜੇ ਅੱਜ ਉਹ ਕਹਿਣ ਵੀ ਨਹੀਂ ਜੀ ਮੈਂ ਨਹੀਂ PGI ਲਿਆਇਆ, ਜਾਂ ਅੱਜ ਉਹਨਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ, ਔਰ ਰਾਜਾ ਬੜਿੰਗ ਜੀ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ, ਇਹ ਨਹੀਂ ਕਹਿ ਸਕਦਾ ਰਾਜਾ ਬੜਿੰਗ ਵੀ ਮੇਰੀ ਸਰਕਾਰ ਨਹੀਂ ਬਣੀ ਜੀ ਮੈਂ ਨਹੀਂ ਕਰਦਾ, ਇਹ ਮੈਂਬਰ ਪਾਰਲੀਮੈਂਟ ਦੀ ਇਹ ਕੋਈ ਉਹ ਨਹੀਂ ਹੈਗਾ, ਬਹਾਨਾ ਨਹੀਂ ਬਣ ਸਕਦਾ, ਚਾਹੇ ਸਰਕਾਰ ਬਣੀ ਚਾਹੇ ਨਹੀਂ ਬਣੀ, ਤੁਸੀਂ ਜਿਹੜੇ ਵਾਅਦੇ ਕੀਤੇ ਨੇ, ਜਿਹੜੇ ਤੁਸੀਂ ਬੀਬੀਆਂ ਨੂੰ ਕਿਹਾ 1 ਲੱਖ ਰੁਪਇਆ ਦੇਵਾਂਗੇ, ਹੈ ਨਾ, ਉਹ ਦਿਓ ਬੀਬੀਆਂ ਨੂੰ, ਜਿਹੜਾ ਕੁਛ ਵਾਅਦੇ ਕਰਕੇ ਲੋਕਾਂ ਤੋਂ ਵੋਟ ਲਈਏ, ਤੁਹਾਨੂੰ ਵੋਟ ਪਈ ਇਸ ਵਿਸ਼ੇ 'ਤੇ, ਤੁਹਾਨੂੰ ਇਹ ਤਾਂ ਨਹੀਂ ਹੁਣ ਤੁਹਾਨੂੰ ਸਾਰੇ ਹਿੰਦੁਸਤਾਨ 'ਚ ਵੋਟ ਲੈ ਕੇ ਦੇਣ ਦਾ ਠੇਕਾ ਲਿਆ ਲੋਕਾਂ ਨੇ, ਤੁਹਾਨੂੰ ਤੁਸੀਂ ਇਹ ਗੱਲ ਕਿਹਾ ਵੀ ਅਸੀਂ ਤੁਹਾਨੂੰ 1 ਲੱਖ ਰੁਪਇਆ ਦੇਵਾਂਗੇ, ਤੁਹਾਨੂੰ ਵੋਟ ਪੈ ਗਈ, ਅਤੇ ਤੁਸੀਂ 1 ਲੱਖ ਰੁਪਇਆ ਦਿਓ ਜਿੱਥੋਂ ਮਰਜ਼ੀ ਦਿਓ, ਤੁਹਾਡਾ ਫਰਜ਼ ਬਣਦਾ, ਇਹ ਤੁਸੀਂ ਬਹਾਨਾ ਨਹੀਂ ਮਾਰ ਸਕਦੇ, ਸੋ ਇਸ ਕਰਕੇ ਤਿੰਨਾਂ ਦੀ ਜ਼ਿੰਮੇਵਾਰੀ ਬਰਾਬਰ ਦੀ ਆ, ਤਿੰਨਾਂ ਨੇ ਬਰਾਬਰ ਲੋਕਾਂ ਤੋਂ ਵੋਟਾਂ ਮੰਗੀਆਂ ਅਤੇ ਲੋਕਾਂ ਨੇ ਦਿੱਤੀਆਂ ਨੇ, ਅਤੇ ਇਸ ਕਰਕੇ ਤਿੰਨਾਂ ਸਰਕਾਰਾਂ ਦਾ ਹੁਣ ਡਿਊਟੀ ਬਣ ਰਹੀ ਹੈ ਵੀ ਲੋਕਾਂ ਦੀ ਸੇਵਾ ਕਰਨ, ਕਿ ਅਸੀਂ ਸਮੇਂ ਸਮੇਂ ਉਹਨਾਂ ਨੂੰ ਯਾਦ ਕਰਾਉਂਦੇ ਰਹਾਂਗੇ। ਰਵਨੀਤ ਬਿੱਟੂ ਨੇ ਨਾ ਲਾਈਵ ਹੋ ਗਿਆ 110 ਕਹਿ ਦਿੱਤਾ ਕਿ ਲੋਕਾਂ ਨੇ ਅਮਰਿੰਦਰ ਰਾਜਾ ਵੜੇ ਨੂੰ ਲੁਧਿਆਣੇ ਤੋਂ ਜਿਤਾ ਦਿੱਤਾ, ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਦੇ ਦਿੱਤੀ ਆ ਜਿਹੜੀ ਆ ਬਹੁਮਤ,
ਉਹ ਕਹਿੰਦੇ ਵੀ ਜਿਹੜਾ ਹੁਣ RDF ਫੰਡ ਹੈ ਵੀ ਉਹ ਲੈ ਲੈਣ, ਉਹ ਕਹਿੰਦੇ ਕਣਕ ਆਉਂਦੀ ਸੀ ਉਹ ਲੈ ਲੈਣ, ਕਹਿੰਦੇ ਕਿਸਾਨਾਂ ਦੇ ਜਿਹੜੇ ਮਸਲੇ ਹੁਣ ਹੱਲ ਕਰਾ ਲੈਣ। ਉਹ ਸਿੱਧੇ ਤੌਰ 'ਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਜਿੱਦਾਂ ਧਮਕੀ ਕਹਿ ਸਕਦੇ ਹੋ ਜਿਹੜਾ ਲਹਿਜ਼ਾ ਜਿਹੜਾ ਵਰਤਿਆ ਕਿੱਦਾਂ ਦੇਖ ਨਹੀਂ। ਚਲੋ ਬੇਟੋ ਤਾਂ ਸ਼ੁਰੂ ਤੋਂ ਇੱਦਾਂ ਦੀ ਲਹਿਜ਼ੇ ਨਾਲ ਵਰਤ ਰਿਹਾ ਸੀ, ਕਹਿੰਦੇ ਲੋਕਾਂ ਸਰਕਾਰ ਨੂੰ ਤਾਂ ਪੈਸੇ ਨਿਕਲ ਗਏ, ਗਈ ਕਿਹਨੂੰ ਕਹਿੰਦਾ ਮੈਂ ਤੇਰੀਆਂ ਫੋਟੋ ਖਿੱਚ ਲਈ, ਕਿਸੇ ਨੂੰ ਕੁਛ ਕਿਸੇ ਨੂੰ ਖੁਸ਼ ਨਹੀਂ ਕਰਨਾ, ਸੁੱਭ ਨਹੀਂ ਦੇਣੀ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਜਾਂ ਹਾਰ ਜਾਣ ਤੋਂ ਬਾਅਦ ਸਰਕਾਰ ਬਣ ਜਾਣ ਵਾਲੇ ਨੁਮਾਇੰਦੇ ਨੂੰ ਸੁੱਭ ਨਹੀਂ ਦੇਣੀ। ਤੁਸੀਂ ਜ਼ਿੰਮੇਵਾਰ ਹੋ, ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਚੁੱਕੇ ਹੋ, ਤੁਸੀਂ 2-3 ਵਾਰੀ ਮੈਂਬਰ ਪਾਰਲੀਮੈਂਟ ਰਹੇ ਹੋ, ਇਹ ਗੱਲਾਂ ਤੁਹਾਡੇ ਵਾਸਤੇ ਬਿਲਕੁਲ ਸੁੱਭ ਨਿਕਲਣਗੀਆਂ। ਤੁਸੀਂ ਹੁਣ ਜ਼ਿੰਮੇਵਾਰੀ ਨਿਭਾਓ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰੋ, ਪੰਜਾਬ ਦੀਆਂ ਲੋੜਾਂ ਪੂਰੀਆਂ ਕਰੋ, ਲੁਧਿਆਣੇ ਦੀਆਂ ਕਰੋ, ਤਾਂ ਜੋ ਸਰਕਾਰ, ਦੇਖੋ ਸਰਕਾਰ ਜਦੋਂ ਬਣ ਜਾਂਦੀ ਹੈ ਉਹ ਕਿਸੇ ਪਾਰਟੀ, ਕਿਸੇ ਜਾਤ, ਕਿਸੇ ਬਰਾਦਰੀ, ਕਿਸੇ ਧਰਮ ਦੀ ਨਹੀਂ ਰਹਿ ਜਾਂਦੀ। ਉਹ ਤਾਂ ਸਮੁੱਚੇ 130 ਜਾਂ 140 ਕਰੋੜ ਜਿੰਨੇ ਵੀ ਆਬਾਦੀ ਹੈ ਸਾਰਿਆਂ ਦੀ ਹੈ, ਸਾਰੇ ਸੂਬਿਆਂ ਦੀ ਬਰਾਬਰ ਦੀ ਹੈ, ਸਾਰੇ ਸੂਬਿਆਂ ਦਾ ਬਰਾਬਰ ਖਿਆਲ ਰੱਖਣਾ ਸਰਕਾਰਾਂ ਦੀ ਡਿਊਟੀ ਹੈ, ਬਰਾਬਰ ਬਣਦੀ ਹੈ। ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਹੁਣ ਇਹ ਤਿੰਨੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰਨਗੇ, ਪਰ ਆਪਾਂ ਇਹਨਾਂ ਨੂੰ ਭੱਜਣ ਨਹੀਂ ਦੇਣਾ। ਅੱਛਾ ਅਟਲ ਸਾਹਿਬ, ਇੱਕ ਤੁਸੀਂ ਪੋਸਟ ਜ਼ਰੂਰ ਪਾਈ ਸੀ ਜਦੋਂ ਚੋਣਾਂ ਦਾ ਮਾਹੌਲ ਸੀ ਕਿ ਜਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ ਕਿ ਸਿਆਸਤ ਤੋਂ ਆਪ ਮੈਂ ਤੋਹੀ ਕਰ ਲੈਣਾ, ਪਿੱਛੇ ਹਟ ਲੈਣਾ, ਬੈਕ ਸਟੈਪ ਕਰ ਲੈਣਾ, ਉਸ ਨੂੰ ਲੈ ਕੇ ਕਿੱਦਾਂ ਦੇ? ਦੇਖੋ ਮੈਂ ਅੱਜ ਵੀ ਉਸ 'ਤੇ ਕਹਿਣਾ, ਜੋ ਹਾਲਾਤ ਨੇ, ਮੈਂ 27 ਸਾਲ ਲਗਭਗ ਸੇਵਾ ਕੀਤੀ ਆ, ਇਮਾਨਦਾਰੀ ਨਾਲ ਕੀਤੀ ਆ, ਕੋਈ ਇੱਕ ਵੀ ਬੰਦਾ ਉਂਗਲ ਨਹੀਂ ਚੱਕ ਸਕਿਆ। ਮੈਂ ਪਿੰਡ ਪਿੰਡ ਗਿਆ, ਗਲੀ ਗਲੀ ਗਿਆ, ਮੁਹੱਲੇ ਮੁਹੱਲੇ ਗਿਆ, ਵਾਰਡ ਵਾਰਡ ਗਿਆ, ਕਿਸੇ ਪਾਸਿਓਂ ਇਹ ਨਹੀਂ ਸੁਣਿਆ। ਹਰੇਕ ਬੰਦਾ ਕਹਿੰਦਾ ਵੀ ਤੁਹਾਡਾ ਸੁਭਾਅ, ਤੁਹਾਡਾ ਕੰਮ, ਤੁਹਾਡਾ ਆਚਾਰ, ਤੁਹਾਡਾ ਸਾਰਾ ਕੁਝ ਠੀਕ ਆ। ਜੇ ਇਹਨਾਂ ਠੀਕ ਹੋਣ ਦੇ ਬਾਵਜੂਦ, ਕਰਨ ਦੇ ਬਾਵਜੂਦ ਲੋਕ ਵੋਟ ਨਾ ਪਾਉਣ, ਵੋਟ ਉਹਨਾਂ ਲੋਕਾਂ ਨੂੰ ਪਾ ਦੇਣ ਜਿਨ੍ਹਾਂ ਦੀਆਂ ਆਲੋਚਨਾਵਾਂ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬਾਹਰੀ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀ ਕੰਮ ਨਹੀਂ ਕੀਤੇ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਜੀ ਲੁੱਟ ਕੇ ਖਾ ਗਏ ਜੀ, ਅਸੀਂ ਜਿਨ੍ਹਾਂ ਦੇ, ਹੈ ਨਾ, ਜੇ ਅਸੀਂ ਫਿਰ ਵੀ ਵੋਟ ਉਹਨਾਂ ਨੇ ਪਾਉਣੀ ਹੈ, ਫਿਰ ਇਮਾਨਦਾਰ ਬੰਦੇ ਦਾ ਜਾਂ ਸ਼ਰਾਫਤ ਦੇ ਨਾਲ ਸੇਵਾ ਕਰਨ ਦਾ ਕੋਈ ਮੁੱਲ ਤਾਂ ਰਹਿ ਨਹੀਂ ਗਿਆ, ਫਿਰ ਆਪਾਂ ਕੀ ਲੈਣਾ ਇਸ ਗੱਲ ਤੋਂ? ਆਪਾਂ ਇਹ ਸੋਚਿਆ ਨਾ, ਮੈਂ ਤਾਂ ਹੀ ਗਿਆ ਵੀ ਜੇ ਆਪਾਂ ਮੁੱਲ ਹੀ ਕੋਈ ਨਹੀਂ, ਗਧਾ ਘੋੜਾ ਇੱਕੋ ਬਰਾਬਰ ਆ ਸਾਰਿਆਂ ਲਈ, ਫਿਰ ਆਪਾਂ ਕੀ ਲੈਣਾ ਇਸ ਲੈਣ ਤੋਂ? ਆਪਾਂ ਕਿਹੜਾ ਕੋਈ ਕਮਾਈ ਵਾਸਤੇ, ਵਪਾਰ ਕਰਨ ਵਾਸਤੇ ਲੈਣ ਚੁਣੇ ਸੀ? ਕੋਈ ਸਖਤ ਫੈਸਲਾ? ਸੋ ਮੈਂ ਆਪਣੇ ਸਾਥੀਆਂ ਨਾਲ ਵਿਚਾਰ ਸਾਰਿਆਂ ਨਾਲ ਕਰ ਰਿਹਾ, ਮੇਰੇ ਸਾਥੀਆਂ ਨੇ ਅਜੇ ਮੈਨੂੰ ਕਿਹਾ ਵੀ ਤੁਸੀਂ ਫੈਸਲਾ ਨਾ ਲਓ ਕੋਈ ਇਹਨਾਂ ਦਾ, ਇਸ ਕਰਕੇ ਮੇਰੀ ਉਹਨਾਂ ਨਾਲ ਵਿਚਾਰ ਚੱਲਦੀ ਹੈ, ਅਤੇ ਮੈਂ ਡੈਫੀਨੇਟ ਕੋਈ ਨਾ ਕੋਈ ਫੈਸਲਾ। ਆਖਰੀ ਸਵਾਲ ਹੈ ਸਰ, ਇੱਕ ਜਿਹੜੇ ਮਨਪ੍ਰੀਤ ਐਲੀ ਹੈਗੇ ਨੇ, ਉਹਨਾਂ ਦੇ ਵੀ ਪੋਸਟ ਪਾਈ ਆ, ਕਹਿੰਦੇ ਵੀ ਜਦ ਤੱਕ ਝੋਨਾ ਕਮੇਟੀ ਜਿਹੜੀ ਹੈ ਉਹਦੀ ਸੰਘਰਸ਼ ਨਹੀਂ ਦੱਬ ਹੋਣ ਗਿਆ, ਉਹ ਤਾਂ ਗਤੀਵਿਧੀਆਂ ਤੋਂ ਦੂਰ ਰਹਿਣਗੇ, ਅਕਾਲੀ ਦਲ ਦੇ ਵਰਕਰ ਦੀ ਲੀਡਰਾਂ ਦੇ ਵਿੱਚ ਰੋਸ ਹੈ, ਗੁੱਸਾ ਹੈ? ਨਹੀਂ, ਸਰਦਾਰ ਮਨਪ੍ਰੀਤ ਸਿੰਘ ਅਜਾਲੀ, ਉਹਨਾਂ ਨੇ ਬੜੀ ਮਿਹਨਤ ਕੀਤੀ ਮੇਰੀ ਇਲੈਕਸ਼ਨ ਦੇ ਵਿੱਚ, ਮੇਰੇ ਤੋਂ ਵੀ ਵੱਧ ਸ਼ਾਇਦ ਕੀਤੀ ਹੋਵੇ, ਬੜਾ ਇਮਾਨਦਾਰੀ ਨਾਲ ਕੰਮ ਕੀਤਾ, ਕੋਈ ਕਸਰ ਨਹੀਂ ਛੱਡੀ, ਸ਼ਹਿਰ 'ਚ ਵੀ ਮੀਟਿੰਗ ਕੀਤੀਆਂ, ਪਿੰਡਾਂ 'ਚ ਵੀ ਕੀਤੀਆਂ, ਜਿੱਥੇ ਵੀ ਹੋ ਸਕਿਆ ਉਹਨੇ ਜ਼ੋਰ ਲਾਇਆ। ਇਹ ਤਾਂ ਪਿਛਲੀ ਇਲੈਕਸ਼ਨ 'ਚ ਕੋਈ ਕਮੇਟੀ ਬਣੀ ਸੀ, ਚੁੰਦਾ ਕਮੇਟੀ, ਸ਼ਾਇਦ ਉਹ 'ਚ ਮੈਂਬਰ ਅਜਾਲੀ ਸਾਹਿਬ ਵੀ ਸਨ, ਇਹਨਾਂ ਨੇ ਕੋਈ ਸਿਫਾਰਸ਼ਾਂ ਕੀਤੀਆਂ ਹੋਣੀਆਂ ਨੇ, ਇਹਨਾਂ ਨੇ ਸ਼ਾਇਦ ਉਹਦੇ ਅੱਜ ਕਿਹਾ ਅਖਬਾਰ 'ਚ, ਮੈਂ ਵੀ ਪੜ੍ਹੀ ਇਹ ਗੱਲ ਵੀ ਉਹ ਕਹਿੰਦੇ ਵੀ ਜੇ ਉਹ ਸਿਫਾਰਸ਼ਾਂ ਜਿੰਨਾ ਚਿਰ ਲਾਗੂ ਨਹੀਂ ਹੋ ਜਾਂਦੀਆਂ ਉਹਨਾਂ ਚਿਰ ਮੈਂ ਸਰਗਰਮ ਸਿਆਸਤ, ਜਾਣੀ ਜਿਹੜੀ ਅਕਾਲੀ ਦਲ ਦੀ ਸਿਆਸਤ ਤੋਂ ਦੂਰ ਹੋਊਂਗਾ। ਇਹ ਤਾਂ ਉਹਨਾਂ ਦਾ ਫੈਸਲਾ, ਇਹ ਉਹਨਾਂ ਨੇ ਫੈਸਲਾ ਕੀਤਾ, ਉਹਨਾਂ ਨੇ ਸੋਚ ਵਿਚਾਰ ਕੇ ਕੀਤਾ ਹੋਊਗਾ, ਆਪਣੇ ਸਾਥੀਆਂ ਨਾਲ ਰਹਿ ਕਰਕੇ ਕੀਤਾ ਹੋਊਗਾ, ਠੀਕ ਹੈ ਨਾ। ਇਹ ਹੁਣ ਬਾਹਲੀ ਤਾਂ ਉਹਦੇ ਬਾਰੇ ਉਹੀ ਦੱਸ ਸਕਦੇ ਨੇ, ਸਿਆਣੇ ਨੇ, ਬੜੇ ਰਾਜਨੀਤੀ ਦੇ ਵਿੱਚ ਅੜੇ ਹੋਏ ਨੇ, ਜੋ ਵੀ ਫੈਸਲਾ ਉਹਨਾਂ ਨੇ ਕੀਤਾ ਆਪਣੇ ਸਾਥੀਆਂ ਨਾਲ ਰਹਿ ਕਰਕੇ ਕੀਤਾ ਹੋਊ, ਇਹਦੇ ਬਾਰੇ ਬਾਹਲਾ ਤਾਂ ਉਹੀ ਦੱਸ ਸਕਦੇ। ਸਰ ਮੇਰਾ ਆਖਰੀ ਸਵਾਲ ਹੈ, ਲੱਗਦਾ ਕਿ ਜਿਹੜਾ ਆਪਣਾ ਵੋਟ ਬੈਂਕ ਅਕਾਲੀ ਦਲ ਦਾ ਘਟਿਆ ਜਾਂ ਫਿਰ BJP ਤੋਂ ਵੀ? ਦੇਖੋ ਉਹਦਾ ਕਾਰਨ ਮੈਂ ਜਿਹੜਾ ਮਹਿਸੂਸ ਕਰਦਾ, ਉਹ ਕਾਰਨ ਇਹ ਆ ਵੀ ਦੋ ਖੇਮਿਆਂ ਦੇ ਵਿੱਚ ਪੰਜਾਬ ਦੀ ਜਨਤਾ ਵੰਡੀ ਗਈ। ਇੱਕ ਖੇਮਾ ਸੀ ਮੋਦੀ ਸਾਹਿਬ ਦੇ ਹੱਕ ਵਿੱਚ, ਇੱਕ ਖੇਮਾ ਹੋ ਗਿਆ ਮੋਦੀ ਸਾਹਿਬ ਦੇ ਉਲਟ। ਸਾਨੂੰ ਉਹਨਾਂ ਨੇ ਮੋਦੀ ਸਾਹਿਬ ਦੇ ਹੱਕ ਵਿੱਚ ਮੰਨ ਲਿਆ ਵੀ ਇਹ ਕੱਲ੍ਹ ਨੂੰ ਇਹਨਾਂ ਨੂੰ ਵੋਟ ਵੀ ਪੈ ਜਾਂਦੀ ਹੈ, ਇਹ ਮੋਦੀ ਸਾਹਿਬ ਦੇ ਹੱਕ 'ਚ ਖੜਨਗੇ। ਇਸ ਕਰਕੇ ਜਿਹੜੇ ਖੇਮੇ ਦੇ ਵਿੱਚ ਲੱਗਦਾ ਸੀ ਵੀ ਇਹ ਮੋਦੀ ਸਾਹਿਬ ਦੇ ਖਿਲਾਫ਼ ਜਾਣਗੇ, ਪੰਜਾਬ ਦੇ ਆਮ ਜਿਹੜੀ ਜਨਤਾ ਸੀ, ਕਿਸਾਨ, ਪੰਜਾਬ ਦਾ ਸਿੱਖ ਆਵਾਮ, ਪੰਜਾਬ ਨੂੰ ਪਿਆਰ ਕਰਨ ਵਾਲਾ ਆਵਾਮ, ਉਹ ਸਾਰਾ ਉਸ ਖੇਮੇ 'ਚ ਖੜ ਗਿਆ। ਹਾਲਾਂਕਿ ਉਹ ਖੇਮੇ ਨੇ ਵੀ ਪੰਜਾਬ ਨਾਲ ਘੱਟ ਨਹੀਂ ਗੁਜ਼ਾਰੀ, ਪਰ ਇਸ ਵੇਲੇ ਲੋਕਾਂ ਨੂੰ ਮੋਦੀ ਸਾਹਿਬ ਨਾਲ ਕੋਈ ਐਲਰਜੀ ਜਾਂ ਨਫ਼ਰਤ ਜਾਂ ਉਹਨਾਂ ਨੂੰ ਨਹੀਂ ਲਿਆਉਣਾ ਚਾਹੁੰਦੇ ਸੀ, ਪੰਜਾਬ ਦੇ 'ਚ ਵੜਨ ਨਹੀਂ ਦੇਣਾ ਚਾਹੁੰਦੇ ਸੀ,
ਇਸ ਕਰਕੇ ਉਹ ਖੇਪੀ ਨੇ ਸਖ਼ਤ ਫੈਸਲਾ ਲੈ ਕੇ ਨਾ ਚਾਹੁੰਦੇ ਹੋਏ ਵੀ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਨੂੰ ਵੋਟ ਪਾ ਕੇ ਮੋਦੀ ਸਾਹਿਬ ਨੂੰ ਹਰਾਇਆ।